ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੁਹਾਡਾ ਕਿਵੇਂ ਰਿਹਾ ਜੀ ਇਸ ਸਕੂਲ ਬਾਰੇ ਤੁਹਾਡਾ ਐਕਸਪੀਰੀਅੰਸ? ਸਰ, ਇਹ ਐਂਟੀਲੋਪ ਸਕੂਲ ਆਉਣ ਤੋਂ ਪਹਿਲਾਂ ਜੀ ਕਾਫੀ ਸਕੂਲਾਂ ਬਾਰੇ ਪਤਾ ਕੀਤਾ ਅਸੀਂ। ਫਿਰ ਇਸ ਸਕੂਲ ਬਾਰੇ ਸਾਨੂੰ ਪਤਾ ਲੱਗਿਆ ਜੀ, ਫਿਰ ਕਾਫੀ ਮੁੰਡਿਆਂ ਨਾਲ ਕੰਟੈਕਟ ਹੋਇਆ ਜੀ ਤੇ ਕਮੈਂਟ ਪੜ੍ਹੀ ਜੀ। ਅੱਛਾ ਜੀ। ਤੇ ਉਹਨਾਂ ਬਾਰੇ ਫਿਰ ਪਤਾ ਲੱਗਿਆ ਵੀ ਸਕੂਲ ਦੇ ਟਰੱਕ ਐਕਸਪੀਰੀਅੰਸ ਇਕੱਲੀ ਇਕੱਲੀ ਗੱਲ ਸਿਖਾਈ ਜਾਂਦੀ ਹੈ ਜੀ ਉਹਦੇ ਬਾਰੇ ਜੀ। ਤੇ ਮੈਂ ਹੁਣ ਅੱਗੇ ਬੇਨਤੀ ਕਰਦਾ ਸਾਰੇ ਜਿੰਨੇ ਸਟੂਡੈਂਟ ਹੋਰ ਸਿੱਖਣਾ ਚਾਹੁੰਦੇ ਆ ਜੀ ਵੀ ਇੱਥੇ ਆਓ ਜੀ। ਇੱਕ ਤਾਂ ਜਿਹੜੇ ਟਰੱਕ ਆ ਟ੍ਰੇਲਰ ਆ ਉਹਨਾਂ ਦਾ ਪ੍ਰੋਪਰ ਵਰਕ ਹੋਇਆ ਹੋਇਆ ਕੰਮ ਹੋਇਆ ਹੋਇਆ ਜੀ। ਬਾਕੀ ਮੇਰੇ ਹਿਸਾਬ ਨਾਲ ਵੀ ਇੰਨਾ ਤਾਂ ਕੋਈ ਹੋਰ ਸਕੂਲ ਨਹੀਂ ਸਿਖਾ ਸਕਦਾ ਜਿੰਨਾ ਇਹ ਬੇਸਿਕ ਜੀ ਸਿਖਾਉਂਦੇ ਆ ਵੀ ਤੁਹਾਨੂੰ ਇਕੱਲੇ ਇਕੱਲੇ ਪਾਰਟਸ ਦਾ। ਓਕੇ। ਤਾਂ ਕਿ ਤੁਹਾਡੇ ਜਿਹੜਾ ਆਉਣ ਵਾਲਾ ਭਵਿੱਖ ਆ ਜੀ, ਜਦੋਂ ਰੋਡ ਤੇ ਤੁਸੀਂ ਚੱਲਣਾ ਬਹੁਤ ਸਪੀਡ ਤੇ ਚੱਲਣਾ ਜੀ, ਤੁਹਾਨੂੰ ਬਹੁਤ ਗੱਲਾਂ ਦਾ ਤੁਹਾਡੇ ਭਵਿੱਖ ਚ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਵੇਂ ਅੱਗੇ ਟਰੱਕ ਕਿਵੇਂ ਚਲਾਉਣੇ ਆ ਜੀ। ਓਕੇ। ਅਧੂਰੀ ਜਾਣਕਾਰੀ ਬਹੁਤ ਵੱਡਾ ਨੁਕਸਾਨ ਆ ਜੀ, ਤੇ ਤੁਹਾਨੂੰ ਟਰੱਕ ਚਲਾਉਣ ਬਾਰੇ ਨਹੀਂ ਪਤਾ ਜੀ ਤਾਂ ਬਹੁਤ ਵੱਡੀ ਜ਼ਿੰਦਗੀ ਦਾ ਸਵਾਲ ਹੈ ਇਹਦੇ ਬਾਰੇ। ਤੇ ਜਿਹੜਾ ਤੁਹਾਡਾ ਲਾਈਕ ਜਿੱਦਾਂ ਇਹਦੇ ਵਿੱਚ ਜਿਹੜਾ ਪ੍ਰੀ ਟ੍ਰਿਪ ਦਾ ਸਟਾਫ ਹੁੰਦਾ, ਲਾਈਕ ਜਿੱਦਾਂ ਕਿਸੇ ਨੂੰ ਲੈਂਗੁਏਜ ਪ੍ਰੋਬਲਮ ਹੈਗੀ ਹੈ, ਹਾਂਜੀ ਹਾਂਜੀ, ਜਿੱਦਾਂ ਕਿਸੇ ਨੂੰ ਪੰਜਾਬੀ ਜੀ ਚਾਹੀਦਾ ਜਾਂ ਕਿਸੇ ਨੂੰ ਇੰਗਲਿਸ਼ ਦਾ ਨਹੀਂ ਇੰਨਾ ਐਡਜਸਟਮੈਂਟ ਹੁੰਦੀ ਜਾਂ ਕਿਸੇ ਨੂੰ ਹਿੰਦੀ ਚਾਹੀਦਾ ਹੈਗਾ ਜਾਂ ਕਿਵੇਂ ਵੀ, ਹੈਨਾ, ਉਸ ਬਿਹਾਫ ਤੇ ਤੁਹਾਨੂੰ ਜਿਹੜੇ ਸਕੂਲ ਦੇ ਆਨਰ ਨੇ ਲਾਈਕ ਉਹ ਹਰ ਬਿਹਾਫ ਤੇ ਹਰ ਇੱਕ ਸਟੂਡੈਂਟ ਨੂੰ, ਹਾਂਜੀ ਹਾਂਜੀ, ਜਿੱਦਾਂ ਜਿੰਨਾ ਕੋ ਆਪਣੇ ਵੱਲੋਂ ਇੱਕ ਪੇਸ਼ੈਂਸ ਦੇ ਨਾਲ ਹਰ ਇੱਕ ਚੀਜ਼ ਜਿਹੜੀ ਹੈ ਉਹ ਪ੍ਰੋਵਾਈਡ ਕਰਦੇ ਨੇ, ਚਾਹੇ ਉਹ ਲੈਂਗੁਏਜ ਦੀ ਪ੍ਰੋਬਲਮ ਹੈ, ਚਾਹੇ ਉਹ ਮੈਨੂਅਲੀ ਸਟਿਕ ਦੇ ਬਿਹਾਫ ਤੇ ਜੋ ਸਿਖਾਉਣਾ ਹੈਗਾ, ਹੈਨਾ, ਉਸ ਬਿਹਾਫ ਤੇ ਜਾਂ ਆਟੋਮੈਟਿਕ ਦੇ ਵਿੱਚ ਕੋਈ ਕਿਸੇ ਕਿਸਮ ਦੀ ਤੁਹਾਨੂੰ ਦਿੱਕਤ ਲੱਗਦੀ ਹੈ ਜਾਂ ਟਰੱਕ ਦੀ ਆਉਂਦੀ ਹੈ ਜਾਂ ਕਿੱਦਾਂ ਵੀ, ਹੈਨਾ, ਟਰੱਕ ਵੱਲੋਂ ਕੋਈ ਕਿਸੇ ਟਰੱਕ ਵੱਲੋਂ ਜਿੱਦਾਂ ਵੀ ਜੋ ਮਹਾਰਾਜ ਦੀ ਕਿਰਪਾ ਨਾਲ ਜੋ ਹਰ ਇੱਕ ਦੀ ਐਡਜਸਟਮੈਂਟ ਹੁੰਦੀ ਹੈ। ਸੋ ਤਿੰਨ ਟਰੱਕ ਅਵੇਲੇਬਲ ਨੇ, ਲਾਈਕ ਦੋ ਆਟੋਮੈਟਿਕ ਨੇ, ਇੱਕ ਮੈਨੂਅਲ ਨੇ, ਹੈਨਾ, ਇੱਕ ਮੈਨੂਅਲ ਹੈਗਾ ਤੇ ਇੱਕ ਮੈਨੂਅਲ ਜਿਹੜਾ ਹੈਗਾ ਉਹ ਰਿਪੇਅਰ ਵਾਸਤੇ ਜਿਹੜਾ ਆਪਣਾ ਸਰਵਿਸ ਵਾਸਤੇ ਜਾਂ ਕਿੱਦਾਂ ਮਾੜਾ ਮੋਟਾ ਉਹ ਗਿਆ ਹੋਇਆ। ਹਾਂਜੀ ਹਾਂਜੀ। ਸੋ ਉਸ ਬਿਹਾਫ ਤੇ ਜਿੱਦਾਂ ਇੱਥੇ ਹਰ ਇੱਕ ਐਕਟੀਵਿਟੀ ਜਿਹੜੀ ਹੈਗੀ ਆ ਉਹ ਟਾਈਮ ਟੂ ਟਾਈਮ ਸਿਖਾਈ ਜਾਂਦੀ ਹੈ ਜਾਂ ਜਿਹੜੇ ਸਕਿੱਲਸ ਨੇ ਉਹ ਕਿੰਨਿਆਂ ਕੁ ਤੁਹਾਨੂੰ ਲੱਗਦਾ ਵੀ ਉਹ ਕਿਸ ਬਿਹਾਫ ਤੇ ਜਿਹੜੀ ਉਹਨਾਂ ਦੀ ਟ੍ਰੇਨਿੰਗ ਆ ਉਹ ਕਿਸ ਲੈਵਲ ਤੱਕ ਦੀ ਹੈ ਜਾਂ ਕਿਸ ਲੈਵਲ ਦੇ ਬਿਹਾਫ ਦੇ, ਇਨ ਦਾ ਸੈਂਸ ਮਤਲਬ ਇਹ ਹੈ ਲੈਵਲ ਇਨ ਦਾ ਸੈਂਸ ਕਿ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਡਰਾਈਵਿੰਗ ਪੱਖੋਂ, ਟੀਚਿੰਗ ਪੱਖੋਂ ਜਾਂ ਇੱਥੇ ਜਿਹੜਾ ਫੈਸਿਲਿਟੀਜ਼ ਜਿਹੜੀਆਂ ਹਰ ਇੱਕ ਸਟੂਡੈਂਟ ਨੂੰ ਪ੍ਰੋਵਾਈਡ ਕੀਤੀਆਂ ਹੋਈਆਂ ਨੇ, ਉਸ ਬਿਹਾਫ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ? ਦੇਖੋ ਜੀ, ਮੈਨੂੰ ਜਦੋਂ ਮੈਂ ਸਟਾਰਟਿੰਗ 'ਚ ਲੱਗਿਆ ਸੀ ਮੈਨੂੰ ਇੰਗਲਿਸ਼ ਬਿਲਕੁਲ ਨਹੀਂ ਸੀ ਆਉਂਦੀ, ਉਹਦੀ ਵੀ ਸਾਡੀ ਬਹੁਤ ਹੈਲਪ ਹੋਈ ਜੀ। ਮੈਨੂੰ ਇੱਦਾਂ ਲੱਗਦਾ ਸੀ ਵੀ ਕਾਫੀ ਔਖਾ ਜੀ ਇਹਦੇ ਬਾਰੇ, ਇੰਗਲਿਸ਼ ਮੈਂ ਕਿਵੇਂ ਸਿੱਖੂੰਗਾ ਜੀ, ਤੇ ਹੁਣ ਮੈਂ ਪੂਰੀ ਪਰਾਟੇਦਾਰ ਇੰਗਲਿਸ਼ ਬੋਲਦਾ ਜੀ, ਤੈਨੂੰ ਪੂਰਾ ਅੰਡਰਸਟੈਂਡ ਹੈਗਾ ਟਰੱਕ ਬਾਰੇ, ਇੰਗਲਿਸ਼ ਬੋਲ ਕੇ ਸਾਰਾ ਕੁਛ ਮੈਂ ਤਕਰੀਬਨ ਦੱਸ ਸਕਦਾ ਜੀ ਵੀ ਆਹ ਚੀਜ਼, ਕਿਉਂਕਿ ਇੰਗਲਿਸ਼ ਤੋਂ ਬਿਨਾਂ ਵੀ ਪੰਜਾਬੀ, ਪੰਜਾਬੀ ਤੋਂ ਬਿਨਾਂ ਵੀ ਕਿਸੇ ਨੂੰ ਕੋਈ ਹੋਰ ਲੈਂਗੁਏਜ ਦੀ ਪ੍ਰੋਬਲਮ ਆ, ਹਿੰਦੀ ਬਾਰੇ ਵੀ ਦੱਸਿਆ ਜਾਂਦਾ, ਜਿਹੜੇ ਹਰਿਆਣੇ ਵਾਲੇ ਮੁੰਡੇ ਆ ਉਹਨਾਂ ਨੂੰ ਹਿੰਦੀ 'ਚ ਵੀ ਲਿਖ ਕੇ ਦੱਸਿਆ ਜਾਂਦਾ ਜੀ, ਤੇ ਹੋਰ ਵੀ ਟਰੱਕ ਬਾਰੇ ਮੇਰੇ ਹਿਸਾਬ ਨਾਲ ਜੀ। ਦੇਖੋ, ਸਾਡੀ ਤਾਂ ਇੰਨੀ ਮਦਦ ਕਰੀ ਜੀ ਸਰਾਂ ਨੇ ਜੀ ਵੀ ਕਈ ਵਾਰ ਸਾਡੇ ਕੋਲ ਗੱਡੀ ਨਹੀਂ ਸੀ ਹੁੰਦੀ, ਸਾਨੂੰ ਘਰੋਂ ਚੱਕ ਕੇ ਲਿਆ ਕੇ ਛੱਡਣਾ, ਮੇਰੇ ਹਿਸਾਬ ਨਾਲ ਵੀ ਹੋਰ ਕਿਸੇ ਸਕੂਲ 'ਚ ਇੰਨੀ ਸਹੂਲਤ ਨਹੀਂ ਹੋਣੀ ਜੀ ਵੀ ਚੈਨਾ ਪਾਉਣ ਤੱਕ ਦੱਸਣਾ ਵੀ ਤੁਹਾਡੀ ਫੀਸ ਆ, ਉਹ ਵੀ ਤੁਸੀਂ ਸਿਫਟਾਂ 'ਚ ਦੇ ਸਕਦੇ ਹੋ ਜੀ, ਇਕੱਠੀ ਨਹੀਂ ਦੇਣੀ, ਇੰਸਟਾਲਮੈਂਟ ਦੇ ਵਿੱਚ ਆਪਾਂ ਐਡਜਸਟ ਕਰ ਸਕਦੇ। ਹਾਂਜੀ ਹਾਂਜੀ। ਤੇ ਜਿੱਦਾਂ ਟਰੱਕ ਦੇ ਵਿੱਚ ਜਿੱਦਾਂ ਹੁਣ ਆਪਾਂ ਟੈਸਟ ਦਿੰਦੇ ਆ ਵਨ ਟਾਈਮ ਜਿੱਦਾਂ ਫੀਸ ਦੇ ਲਈ, ਹੈਨਾ, ਤੁਸੀਂ ਤੇ ਤੁਹਾਡੇ ਕੋਲ ਜਿਹੜੇ ਤਿੰਨ ਚਾਂਸ ਨੇ, ਹੈਨਾ, ਜੇ ਹੁਣ ਤਿੰਨ ਚਾਂਸ ਦੇ ਬਿਹਾਫ ਤੇ ਆਪਾਂ ਗੱਲਬਾਤ ਕਰੀਏ ਵੀ ਉਹ ਤਿੰਨ ਚਾਂਸ ਹੁੰਦੇ ਆ ਜਿਹੜਾ ਡੀਐਮ ਵੀ ਆਪਾਂ ਨੂੰ ਪ੍ਰੋਵਾਈਡ ਕਰਦਾ, ਹੈਨਾ, ਹੁਣ ਜਦੋਂ ਫੀਸ ਤੁਹਾਡੇ ਤੋਂ ਲੈ ਲਈ ਗਈ, ਹੈਨਾ, ਤੁਸੀਂ ਤੇ ਲੱਗਦਾ ਵੀ ਪਹਿਲੇ ਚਾਂਸ, ਹੁਣ ਜਿਵੇਂ ਇੱਥੇ ਕਈ ਸਟੂਡੈਂਟ ਨੇ ਉਹਨਾਂ ਦਾ ਲਾਈਕ ਸਾਰੀ ਪੇਮੈਂਟ ਕਲੀਅਰ ਕਰਕੇ ਵੀ
ਤੇ ਜਿੱਦਾਂ ਕਹਿੰਦੇ ਆ ਵੀ ਅਦਰ ਸਕੂਲ ਦੇ ਵਿੱਚ ਜਿਵੇਂ ਸੁਣਿਆ ਜਿਵੇਂ ਸਟੂਡੈਂਟ ਆ ਕੇ ਦੱਸਦੇ ਨੇ।